ਉਲਮਾ ਜਮਾ ਨੇ ਇਸ ਮੌਜੂ ਤੇ ਸਾਰੇ ਉਲਮਾ ਬਾਂ ਖੜੀ ਕਰਕੇ ਆਉਂਦੇ ਨੇ ਕਿ ਨਬੀ ਦੀ ਇੱਜ਼ਤ ਬਿਆਨ ਕਰਨਾ, ਨਬੀ ਦਾ ਮੁਕਾਮ ਬਿਆਨ ਕਰਨਾ, ਨਬੀ ਦਾ ਸ਼ਾਨ ਬਿਆਨ ਕਰਨਾ ਇਹ ਸਾਡੇ ਵੱਸ ਦਾ ਕੰਮ ਨਹੀਂ। ਇਹ ਦੁਨੀਆਂ ਦਾ ਉਹ ਕੰਮ ਹੈ ਜਿਹੜਾ ਖੁਦਾ ਕਰ ਸਕਦਾ ਹੈ, ਮੁਕਾਮੇ ਖੁਦਾ ਬਿਆਨ ਕਰਨਾ ਇਹ ਉਹ ਕੰਮ ਹੈ ਜਿਹੜਾ ਮਦੀਨੇ ਵਾਲਾ ਮੁਸਤਫਾ ਕਰ ਸਕਦਾ। ਸਮਝ ਆ ਰਹੀ ਹੈ? ਇਸ ਵੇਲੇ ਆ ਜਿਹੜਾ ਦੌਰ ਪਿਆ ਲੰਘਦਾ ਹੈ, ਤੇਰੀ ਜਮਾਤ ਅਹਿਲ ਸੁਨਤ ਵਿੱਚ ਜਿੰਨੇ ਵੀ ਖਤੀਬ ਨੇ ਮੁਲਾਜ਼ਮ ਹੁਸੈਨ ਡੋਗਰ ਨੂੰ ਕੱਢ ਕੇ ਮੈਂ ਮਿੰਬਰ ਤੇ ਖਲੋ ਕੇ ਆਉਂਦਾ, ਉਹ ਸਾਰੇ ਇਲਮ ਦੇ ਅੰਦਰ ਮੇਰੇ ਕੋਲੋਂ ਜ਼ਿਆਦਾ ਨੇ। ਮੈਂ ਛੋਟਾ ਮੌਲਵੀ, ਨਿੱਕਾ ਮੌਲਵੀ ਤੇ ਵੱਡਿਆ ਫਿਰ ਮੇਰੀ ਡਿਊਟੀ ਲਾਈ ਹੈ ਵੀ ਤੂੰ ਕਿਉਂਕਿ ਨਿੱਕਾ ਮੌਲਵੀ ਹੈ ਲਿਆਦਾ ਤਕਰੀਰ ਇਹਦੀ ਕਰਿਆ ਕਰ ਵੀ ਕੁਲਫੀ ਵੇਚਣ ਵਾਲੇ ਨੂੰ ਵੀ ਮਸਲਾ ਯਾਦ ਹੋ ਜਾਏ, ਪਤੀਸ਼ੇ ਵੇਚਣ ਵਾਲੇ ਨੂੰ ਵੀ ਮਸਲਾ ਯਾਦ ਹੋ ਜਾਏ। ਮੈਂ ਇਸ ਵਾਸਤੇ ਤਰਲਾ ਮਾਰਨਾ ਇਹ ਨਹੀਂ ਹੈ ਕਿ ਮਿਸ਼ਾਲਾ ਦੇ ਦੇ ਕੇ ਤੈਨੂੰ ਗੱਲਾਂ ਸਮਝਾਉਣੀਆਂ ਨੇ ਤੇ ਇੱਕ ਬੰਦਾ ਆਖੇ ਮੈਂ ਪੰਜਾਬੀ ਹਾਂ ਤੇ ਪੰਜਾਬੀਆਂ ਦੇ ਘਰ ਜੰਮਿਆ ਤੇ ਪੰਜਾਬ ਵਿੱਚ ਰਹਿਣਾ ਤੇ ਮੈਨੂੰ ਟੋਕਰ ਦੀ ਸਮਝ ਨਹੀਂ ਆਉਂਦੀ, ਫਿਰ ਪੰਜਾਬ 'ਚ ਕੋਈ ਮੌਲਵੀ ਨਹੀਂ ਜਿਹੜਾ ਤੈਨੂੰ ਸਮਝਾਵੇ, ਉਹ ਫਿਰ ਤੈਨੂੰ ਨਹੀਂ ਸਮਝਾ ਸਕਦਾ, ਉਹ ਤੇ ਫਿਰ ਸਮਝ ਤੂੰ ਤੇਰੇ ਗੱਲ ਬਾਹਰ ਹੈ। ਮਕਾਮੇ ਮੁਸਤਫਾ ਬਿਆਨ ਕਰਨਾ, ਨਬੀ ਦੀ ਅਜ਼ਮਤ ਬਿਆਨ ਕਰਨਾ ਇਹ ਸਾਡੇ ਵੱਸ ਦਾ ਕੰਮ ਨਹੀਂ। ਦੁਨੀਆਂ ਦਾ ਅਸੂਲ ਹੈ, ਪਰੋ ਪੰਚਾਇਤ ਦਾ ਫੈਸਲਾ, ਜਿਹੜਾ ਕੰਮ ਬੰਦਾ ਨਾ ਕਰ ਸਕਦਾ ਹੋਵੇ ਬੰਦੇ ਨੂੰ ਛੱਡ ਦੇਣਾ ਚਾਹੀਦਾ। ਅਸਾਂ ਕਰ ਵੀ ਨਹੀਂ ਸਕਦੇ ਤੇ ਛੱਡਦੇ ਵੀ ਨਹੀਂ, ਆਖਰ ਕਿਉਂ? ਦੇਖੋ ਨਾ, ਜਿੱਥੇ ਮੈਂ ਨਤੀਜਾ ਦਿੰਦਾ ਉੱਥੇ ਜੋ ਚੁੱਪ ਕਰ ਜਾਂਦੇ ਹੋ ਫਿਰ ਤਕਲੀਫ ਹੁੰਦੀ ਹੈ। ਸਾਡੇ ਪਿਓ ਦਾਦਾ ਨਬੀ ਦੀ ਸ਼ਾਨ ਬਿਆਨ ਕਰਦੇ ਹੈ, ਦਾਵਾ ਉਹਨਾਂ ਦਾ ਵਿਸ਼ੀ ਕਿ ਅਸੀਂ ਕਰ ਨਹੀਂ ਸਕਦੇ, ਹੁਣ ਉਸ ਤਰਲੇ ਇੱਥੇ ਮਾਰਨੇ ਆ, ਦਾਵਾ ਸਾਡਾ ਵੀ ਅਸੀਂ ਕਰ ਨਹੀਂ ਸਕਦੇ। ਅਗਰ ਨਸੀਬ ਔਰ ਮੁਕੱਦਰ ਸਾਡੀਆਂ ਨਸਲਾਂ ਦੇ ਚੰਗੇ ਹੋਏ, ਉਹ ਵੀ ਕਿਆਮਤ ਤੱਕ ਨਬੀ ਦੀ ਅਜ਼ਮਤ ਬਿਆਨ ਕਰਦੀਆਂ ਰਹਿਣਗੀਆਂ, ਮਗਰ ਦਾਵਾ ਉਹਨਾਂ ਦਾ ਵੀ ਹੋਵੇਗਾ ਕਿ ਅਸੀਂ ਕਰ। ਯਾਰ ਫਿਰ ਪੜ੍ਹੋ ਦਾ ਫੈਸਲਾ ਦੇ ਵੇ, ਅਕਲ ਦਾ ਫੈਸਲਾ ਦੇ ਵੇ, ਇਲਮ ਦਾ ਫੈਸਲਾ ਦੇ ਵੇ, ਸ਼ਊਰ ਦਾ ਫੈਸਲਾ ਦੇ ਵੇ, ਚਾਰ ਸਿਆਣੇ ਬੰਦਿਆਂ ਦੀ ਪੜ੍ਹੋ ਪੰਚਾਇਤ ਦਾ ਫੈਸਲਾ ਦੇ ਵੇ ਕਿ ਜਿਹੜਾ ਕੰਮ ਬੰਦਾ ਨਾ ਕਰ ਸਕਦਾ ਹੋਵੇ ਬੰਦੇ ਨੂੰ ਛੱਡ ਦੇਣਾ ਚਾਹੀਦਾ, ਕਰ ਵੀ ਨਹੀਂ ਸਕਦੇ ਛੱਡਦੇ ਵੀ ਨਹੀਂ, ਆਖਰ ਕਿਉਂ? ਮੈਂ ਜਨਾਬ ਨੂੰ ਕਿਉਂ ਸਮਝਾਣੀ ਹੈ, ਇਹਦੇ ਉੱਤੇ ਹੁਣ ਘੰਟਾ ਵੀ ਲੱਗ ਸਕਦਾ ਹੈ ਤੇ ਦੋ ਵੀ ਲੱਗ ਸਕਦੇ ਹਨ ਤੇ ਬਾਂਗਾਂ ਵੀ ਹੋ ਸਕਦੀਆਂ ਹਨ। ਤੁਸੀਂ ਭੱਜੋ ਤੇ ਭਵੇਂ ਭੱਜੋ, ਲੇਕਿਨ ਮੈਂ ਜਦੋਂ ਤੱਕ ਚੰਗੀ ਤਰ੍ਹਾਂ ਮੁਤਮਿਨ ਨਹੀਂ ਹੋਇਆ ਵੀ ਮੈਂ ਗੱਲ ਸਮਝਾ ਲਈਏ, ਉਦੋਂ ਤੱਕ ਮੈਂ ਜਨਾਬ ਦੀ ਬਾਇਜ਼ਤ ਬਾਰਗਾਹ ਦੇ ਅੰਦਰ ਸਲਾਮ ਕਰਕੇ ਇਜਾਜ਼ਤ ਨਹੀਂ ਲੈਣੀ। ਗੱਲ ਸਮਝਾਣੀ ਹੈ ਵੀ ਅਸਾਂ ਛੱਡਦੇ ਕਿਉਂ ਨਹੀਂ, ਕਰ ਵੀ ਨਹੀਂ ਸਕਦੇ ਤੇ ਛੱਡਦੇ ਵੀ ਨਹੀਂ, ਆਖਰ ਕਿਉਂ? ਇੱਕ ਗੱਲ ਮੈਂ ਤੁਹਾਡੇ ਨਾਲ ਵੀ ਕਰ ਲਵਾਂ, ਮਾਸ਼ਾਅੱਲਾ ਜਿਹੜੇ ਮੈਨੂੰ ਸੁਣਨ ਆਏ ਹੋ, ਜਿਹੜੀਆਂ ਆਪਣੀਆਂ ਗੱਲਾਂ ਕਰਨ ਆਏ ਹੋ, ਇਨਸ਼ਾਅੱਲਾ ਕਰੇ ਉਹਨਾਂ ਦੀਆਂ ਮੁੱਕ ਜਾਣ। ਮੌਕਾ ਗਨੀਮਤ ਹੈ, ਸੋਹਣਾ ਮੌਕਾ ਹੈ, ਜ਼ਿੰਦਗੀ ਵਿੱਚ ਮੌਕੇ ਬਣਦੇ, ਬੰਦੇ ਇਕੱਠੇ ਹੁੰਦੇ ਨੇ ਤੇ ਗੱਲਾਂ ਬਾਤਾਂ ਕਰ ਲੈਣ,
ਜਿਹੜੇ ਬੰਦੇ ਮੁਝ ਗੁਨਾਹਗਾਰ ਨੂੰ ਸੁਣ ਰਹੇ ਹੋ, ਇੱਕ ਗੱਲ ਮੈਂ ਤੁਹਾਡੇ ਨਾਲ ਕਰਨਾ, ਫਿਰ ਪਹਿਲੀ ਦਲੀਲ ਸ਼ੁਰੂ ਕਰਦਾ। ਘਰ ਵੀ ਛੱਡਿਆ ਜੇ, ਕੰਮ ਦੀ ਮੌਸਮ ਹੈ, ਕਟਾਈ ਦੀ ਮੌਸਮ ਹੈ, ਔਰ ਫਿਰ ਦੂਰੋਂ ਸਫ਼ਰ ਕਰਕੇ ਮਹਿਫਲ ਵਿੱਚ ਵੀ ਆਏ ਹੋ, ਸਾਹਮਣੇ ਵੀ ਪੈ ਗਏ ਹੋ, ਤੇ ਹੁਣ ਨਹੀਂ ਪੈ ਬੋਲਦੇ, ਆਖਰ ਕਿਉਂ? ਡੋਂਗਰ ਵੇਖਣਾ ਹੈ ਤੇ ਬੇਬੇ ਨੂੰ ਕਹਿ ਕੈਨ ਵੀ ਕੋਲ ਬਹਿ ਕੇ ਵੇਖਣਾ। ਬੇਬੇ ਅੱਲਾ ਕਰੇ ਮੈਨੂੰ ਇਹ ਵੇਖ ਲੈਣ ਤੇ ਮੈਂ ਵੀ ਇਹਨਾਂ ਨੂੰ ਜ਼ਿਆਰਤ ਕਰਾ ਲਵਾਂ, ਬਾਕੀ ਜਿਹੜੇ ਗੱਲਾਂ ਸੁਣਨ ਵਾਸਤੇ ਬੈਠੇ ਹੋ। ਮੈਂ ਚਾਰ ਦਲੀਲਾਂ ਦੇਣਾ ਚਾਹੁੰਦਾ ਇਸ ਮੌਜੂ ਤੇ। ਦੋ ਦਲੀਲਾਂ ਚ ਮੈਂ ਸਾਬਤ ਕਰਨਾ ਹੈ ਕਿ ਅਸਾਂ ਨਬੀ ਦਾ ਮਕਾਮ ਬਿਆਨ ਨਹੀਂ ਕਰ ਸਕਦੇ। ਦੋ ਦਲੀਲਾਂ ਚ ਮੈਂ ਸਾਬਤ ਕਰਨਾ ਹੈ ਵੀ ਛੱਡਦੇ ਕਿਉਂ ਨਹੀਂ। ਮੈਂ ਚਾਰ ਦਲੀਲਾਂ ਦਾ ਇੰਤਖਾਬ ਇਸ ਵਾਸਤੇ ਕੀਤਾ ਹੈ ਕਿਉਂਕਿ ਮੇਰਾ ਮਸਲਕ ਹੱਕ ਹੈ, ਮੇਰੇ ਅਕੀਦੇ ਦੇ ਅੰਦਰ ਮਦੀਨੇ ਵਾਲੇ ਨਬੀ ਦੇ ਯਾਰ ਵੀ ਚਾਰ ਤੇ ਅੱਜ ਦੀਆਂ ਤਕਰੀਰ ਦੀਆਂ ਦਲੀਲਾਂ ਵੀ ਚਾਰ। ਇਰਸ਼ਾਦ ਫਰਮਾਓ ਸਾਈਆਂ ਨੇ ਕਿੰਨੇ ਯਾਰ ਨੇ? ਚਾਰ। ਸਾਰੇ ਕੀ ਬੋਲੇ ਜ਼ਰਾ ਮੀਡੀਆ ਵੰਡ ਅੱਲਾ ਬੜੀ ਸੋਹਣੀ ਬਣਾਈ ਹੈ, ਤਰਤੀਬ ਅੱਲਾ ਬੜੀ ਯਾਦ ਅਪਣਾਈ ਹੈ। ਰਿਸ਼ਤੇ ਲੈ ਕੇ ਸ਼ਾਨ ਪਾਈਏ ਤੇ ਦੋ ਯਾਰਾਂ ਨੇ ਮਦੀਨੇ ਵਾਲੇ ਨੂੰ ਰਿਸ਼ਤੇ ਦੇ ਕੇ ਸ਼ਾਨ ਪਾਈ। ਪੱਕੇ ਹੋ ਕੇ ਬੋਲੋ ਜਿਹੜਾ ਮੈਂ ਜ਼ਿੰਦਗੀ ਚ ਕਦੀ ਨਹੀਂ ਬੋਲਿਆ, ਜੇ ਮੈਂ ਨਾ ਉਹਨੂੰ ਬੁਲਾ ਸਕਿਆ ਤੇ ਫਿਰ ਮੈਨੂੰ ਡੋਗਰ ਕੌਣ ਆਖੇ? ਪੱਕੀ ਹੋ ਲਓ, ਮੈਂ ਹਜੇ ਤੁਹਾਡੇ ਮੂੰਹ ਵੱਲ ਵੇਖਣਾ ਕੋਈ 15-20 ਮਿੰਟ। ਮੌਲਾ ਅਲੀ ਸ਼ਹਿਨਸ਼ਾਹ ਵਿਲਾਇਤ ਹੋਵੇ ਜਿਹਦੇ ਘਰ ਰਸੂਲ ਦੀ ਇੱਕ ਬੇਟੀ ਦੀ, ਜਿਹੜਾ ਹੈਦਰ ਨੂੰ ਮੰਨਦਾ ਹੈ ਤੇ ਹੈਦਰ ਦੇ ਇਸ ਰਿਸ਼ਤੇ ਨਾਲ ਪਿਆਰ ਕਰਦਾ ਹੈ, ਉਹ ਮੇਰੇ ਵਾਸਤੇ ਨਹੀਂ ਮੁਰਸ਼ਦ ਅਲੀ ਵਾਸਤੇ ਕੋਈ ਆਖੋ ਸੁਭਾਨ ਅੱਲਾਹ। ਜਿਹਦੇ ਘਰ ਨਬੀ ਦੀ ਇੱਕ ਧੀ ਹੈ, ਸਸਤੀ ਮੈਂ ਕਰਨੀ ਕੋਈ ਨਹੀਂ, ਡੰਡਾ ਸੋਟਾ ਮੇਰੇ ਕੋਲ ਹੈ ਕੋਈ ਨਹੀਂ, ਸਿੱਧਾ ਸਾਦਾ ਜਿਵੇਂ ਦਾ ਕੰਮ ਹੈ ਨਾ ਹੀ ਕਾਫੀ ਹੈ। ਮੈਂ ਕੋਈ ਸ਼ਹਿਰ ਰੱਖ ਕੇ ਮਜਮਾ ਇਕੱਠਾ ਨਹੀਂ ਕੀਤਾ, ਸਿਰਫ ਮੇਰੇ ਨਾਂ ਤੇ ਮਿਹਰਬਾਨੀ ਹੋ ਜਾਂਦੀ ਹੈ। ਮੈਂ ਨਾ ਫਿਰ ਅਕੀਦੇ ਨੂੰ ਦੱਬ ਘੁੱਟ ਕੇ ਬਿਆਨ ਨਾ ਕਰ, ਕਬਰ ਚ ਜਾਣਾ ਹੈ, ਮਿੱਟੀ ਪੈਣੀ ਹੈ, ਕਿਸੇ ਨਾਲ ਨਹੀਂ ਜਾਣਾ, ਹੱਥ ਬੰਨ ਕੇ ਤੇਰੀ ਮਿਹਨਤ ਪਿਆ ਕਰਨਾ, ਬਾਅਦ ਵਿੱਚ ਸੀ ਵੇਖੇ ਮਿਹਨਤ ਕਰਕੇ ਕਿਹੜਾ ਮੌਲਵੀ ਗੱਲ ਕਰੇਗਾ, ਜਿਹੜੇ ਮੌਲਵੀ ਦੇ ਚਾਰ ਬੰਦੇ ਹੱਥ ਚੁੰਮਣ ਦੀ ਢੌਲ ਨਹੀਂ ਚਲੀਂਦੀ, ਜਿਹੜੇ ਪੀਰ ਦੇ ਚਾਰ
ਚਾਰ ਬੰਦੇ ਹੱਥ ਚੁੰਮ ਚੁੰਮਣ ਉਹਦੀ ਭੂਤ ਨਹੀਂ ਚਲੀਂਦੀ, ਮੇਰੇ ਨਾਂ ਤੇ ਹਜ਼ਾਰਾਂ ਦਾ ਇਤਮਾ ਆਉਂਦਾ ਤੇ ਤੇਰੇ ਤਰਲੇ ਮਾਰ ਕੇ ਮਿੰਨਤਾਂ ਕਰਕੇ ਗੱਲਾਂ ਪਿਆ ਕਰਨਾ, ਮੇਰਾ ਦਿਮਾਗ ਖਰਾਬ ਨਹੀਂ ਗੱਲਾਂ ਤਾਂ ਪਿਆ ਕਰਨਾ ਕਿ ਮੇਰਾ ਕੰਮ ਮੈਂ ਹੁਕਾ ਦੇਣਾ, ਹਦਾਇਤ ਲਈ ਅੱਲਾਹ ਕੋਲ ਰੇ ਨਾ ਜਾਵੇ ਤੇ ਨਬੀ ਦਾ ਗਵਾਹੀ ਹੈ ਅਬੂ ਜਹਿਲ ਉਹਨੂੰ ਨਸੀਬ ਨਾ ਹੋਵੇ ਤੇ ਰੱਬ ਦੇ ਤੇ ਆਵੇ ਤੇ ਅਮਸ਼ੇ ਕਾਲੇ ਬਿਲਾ ਨੂੰ ਉਤਰੇ ਤਾਂ ਅਲੀ ਦਾ ਸ਼ਾਨ ਕੋਈ ਨਹੀਂ ਬਿਆਨ ਕਰ ਸਕਦਾ, ਕਿਉਂ ਅਲੀ ਦੇ ਘਰ ਨਬੀ ਦੀ ਬੋਲੋ ਸਾਰੇ ਬੰਦੇ ਜਵਾਬ ਦਿਓ ਮਾਸ਼ਾਅੱਲਾ ਇੱਕ ਧੀਏ। ਅਗਲੀ ਗੱਲ ਫਿਰ ਦਬਣੀ ਘੁੱਟਣੀ ਚਾਹੀਦੀ ਹੈ ਜਾਂ ਬਿਆਨ ਕਰਨੀ ਚਾਹੀਦੀ ਹੈ, ਬਣਨੀ ਚਾਹੀਦੀ ਹੈ ਫਿਰ ਬਾਹਰ ਖੜੀ ਕਰਕੇ ਬਿਆਨ ਨਾ। ਜਿਸ ਅਲੀ ਦੇ ਘਰ ਨਬੀ ਦੀ ਇੱਜ਼ਤ ਧੀ ਹੈ ਕੋਈ ਸ਼ਰੀਫ ਆਦਮੀ ਧੀ ਦਾ ਰਿਸ਼ਤਾ ਕਿਸੇ ਪਿੰਡ ਵਿੱਚ ਕਰਦੇ ਨੇ ਰਿਸ਼ਤਾ ਕਰਦੇ ਨੇ ਕਿਸੇ ਪਿੰਡ ਚ, ਅੱਲਾ ਨਾ ਕਰੇ ਧੀ ਦੁਖੀ ਹੋਵੇ। ਪਹਿਲੇ ਤੇ ਮੈਂ ਦੁਆ ਪਿਆ ਕਰਨਾ, ਹਜ਼ਾਰਾਂ ਦਾ ਇਜਤਮਾ ਹੈ, ਪਤਾ ਨਹੀਂ ਸ਼ਾਇਦ ਕੋਈ ਪਿੱਛੇ ਬਹਿਣ ਵਾਲਾ ਮਦੀਨੇ ਵਾਲੇ ਨੂੰ ਪਸੰਦ ਹੋਵੇ, ਅੱਲਾ ਦੁਸ਼ਮਣ ਦੀ ਧੀ ਨੂੰ ਵੀ ਦੁਖੀ ਨਾ ਕਰੇ। ਮਿੰਨਤ ਕਿਆ ਕਰਨਾ, ਮੇਰਾ ਮਸਲਾ ਧਿਆਨ ਨਾਲ ਸੁਣੀ, ਸ਼ਰੀਫ ਆਦਮੀ ਧੀ ਦਾ ਰਿਸ਼ਤਾ ਕਰੇ, ਧੀ ਦੁਖੀ ਹੋਵੇ ਔਖੀ ਹੋਵੇ, ਉਸ ਪਿੰਡ ਵਾਲੇ ਬੰਦਿਆਂ ਨੂੰ ਰੋਕਦਾ, ਉਸ ਪਿੰਡ ਵਿੱਚ ਰਿਸ਼ਤੇਦਾਰੀ ਨਾ ਕਰਨਾ ਕਿ ਮੇਰੀ ਔਖੀ ਹੈ। ਖੁਦਾ ਦੀ ਕੋਈ ਯਕੀਨੀਆਂ ਲਗਾ ਪੈ ਗਿਆ ਮੇਰਾ, ਉਹ ਮੇਰੀ ਨੂੰ ਸੌਖੇ ਸਾਹ ਨਹੀਂ ਪਿਆਉਂਦੇ, ਬਜੀਓ ਪੈਂਦੀ ਬੜਾ ਪੈਣਾ ਨਾ ਰਿਸ਼ਤੇਦਾਰੀ ਕਰਨਾ। ਮਿਸਾਲ ਦਿੱਤੀ ਇਹ ਗੱਲ ਸਮਝ ਆ ਜਾਏ, ਸ਼ਰੀਫ ਆਦਮੀ ਕਿਸੇ ਪਿੰਡ ਵਿੱਚ ਧੀ ਦਾ ਰਿਸ਼ਤਾ ਕਰੇ ਤੇ ਧੀ ਔਖੀ ਹੋਵੇ, ਉਹ ਪਿੰਡ ਵਾਲੇ ਬੰਦਿਆਂ ਨੂੰ ਰੋਕਦਾ ਹੈ, ਵਾਹ ਉਸਮਾਨੇ ਗਨੀ ਤੇਰੀ ਜੁੱਤੀ ਤੋਂ ਕਾਇਨਾਤ ਕੁਰਬਾਨ ਕਰਾਂ, ਨਬੀ ਇੱਕ ਧੀ ਦਾ ਰਿਸ਼ਤਾ ਦਿੱਤਾ ਹੈ ਉਹਦਾ ਵਿਸ਼ਾਲ ਹੋਇਆ, ਨਬੀ ਦੂਜੀ ਧੀ ਦਾ ਰਿਸ਼ਤਾ ਦਿੱਤਾ ਹੈ ਜਦੋਂ ਉਹਦਾ ਵੀ ਵਿਸ਼ਾਲ ਹੋਇਆ, ਨਬੀ ਇੰਜ ਹੱਥ ਚੁੱਕ ਕੇ ਤੇ ਉਸਮਾਨ ਦੇ ਮੋਢੇ 'ਚ ਰੱਖ ਕੇ ਕੰਧਾ ਲਾ ਕੇ ਆਉਂਦੇ, ਉਸਮਾਨ ਅੱਲਾ ਮੈਨੂੰ 40 ਧੀਆਂ ਦਿੰਦਾ ਫਾਤ ਹੁੰਦੀਆਂ ਜਾਂਦੀਆਂ, ਮੈਂ ਯਕੇ ਬਾਦੀ ਗਰੇ ਤੇਰੇ ਨਿਕਾਹ ਦੇ ਵਿੱਚ ਦਿੰਦਾ ਜਾਂਦਾ ਹੈ। ਫਰਮਾਇਆ ਕਰਦੇ ਸਨ ਵੀ ਬਰੇਲਵੀਆਂ ਦੇ ਮੂੰਹ ਚੋਂ ਸੁਭਾਨ ਅੱਲਾ ਅਖਵਾਣਾ ਏਡਾ ਔਖਾ ਕੰਮ ਹੈ ਜਿਵੇਂ ਮੱਝ ਥੱਲੋਂ ਕੱਟਾ ਖਿੱਚਣਾ ਔਖਾ ਕੰਮ ਹੈ। ਮੈਂ ਪਹਿਲੀ ਦਲੀਲ ਲੱਗਿਆ ਦੇਣ ਇਸ ਮੌਜੂ ਤੇ ਕਿ ਅਸਾਂ ਨਬੀ ਦਾ ਮੁਕਾਮ ਬਿਆਨ ਨਹੀਂ ਕਰ ਸਕਦੇ, ਫਿਰ ਦੂਜੀ ਦਲੀਲ ਵੀ ਦਿਆਂਗਾ ਕਿ ਅਸਾਂ ਨਬੀ ਦਾ ਮੁਕਾਮ ਬਿਆਨ ਨਹੀਂ ਕਰ ਸਕਦੇ, ਫਿਰ ਤੀਜੀ ਦਲੀਲ ਦਿਆਂਗਾ ਵੀ ਛੱਡਦੇ ਕਿਉਂ ਨਹੀਂ, ਚੌਥੀ ਦਲੀਲ ਦਿਆਂਗਾ
ਜ਼ਿਆਦਾ ਤੇ ਛੱਡਦੇ ਕਿਉਂ ਨਹੀਂ? ਨਬੀ ਦੇ ਯਾਰ ਵੀ ਚਾਰ, ਅੱਲਾ ਦੇ ਫਜ਼ਲੋ ਕਰਮ ਨਾਲ, ਮਦੀਨੇ ਵਾਲੇ ਨਬੀ ਦੀ ਰਹਿਮਤ ਦੇ ਵਸੀਲੇ ਨਾਲ ਅੱਜ ਦੀ ਤਕਰੀਰ ਦੀਆਂ ਦਲੀਲਾਂ ਵੀ ਚਾਰ। ਮੈਂ ਨਾ ਰਕ ਮਾਰਨੀ ਹੈ, ਨਾ ਕੋਈ ਮਾਰਨੀ ਹੈ, ਨਾ ਗਾਲ ਕੱਢਣੀ ਹੈ, ਨਾ ਮੰਦਾ ਬੋਲਣਾ ਹੈ। ਮੈਂ ਅਕਸਰ ਜਲਸਿਆਂ ਵਿੱਚ ਅੰਨਾ ਤਿਆਗ ਵੀ ਕਹਿ ਦਿਆਂ, ਮੈਨੂੰ ਕੋਈ ਗਾਲ